ਅਗਲੀ ਗੱਲ ਕਰੀਏ ਕੈਲੀਫੋਰਨੀਆ ਦੇ ਇੱਕ ਪੁਰਾਣੇ ਕਨਵੈਨਸ਼ਨ ਸੈਂਟਰ ਦੀ ਕੰਧ ਦੇ ਵਿੱਚੋਂ ਬਾਡੀ ਪਾਰਟਸ ਜਿਹੜੇ ਉਹ ਲੱਭੇ ਆ ਡਿਕੇਇੰਗ ਬਾਡੀ ਪਾਰਟਸ ਓਕਲੈਂਡ ਦੀ ਪੁਲਿਸ ਨੇ ਅੱਜ ਇਹ ਦੱਸਿਆ ਆ ਕਿੰਨੇ ਵੀ ਕੋਈ ਕੰਟਰੈਕਟਰ ਵਰਕਰਸ ਉੱਥੇ ਕੰਮ ਕਰ ਰਹੇ ਸੀ ਇਸ ਕਨਵੈਨਸ਼ਨ ਸੈਂਟਰ ਦੀ ਉੱਤੇ ਤੇ ਉਦੋਂ ਜਦ ਉਹਨਾਂ ਨੇ ਕੰਧ ਖੋਲੀ ਤਾਂ ਉਹਨਾਂ ਨੂੰ ਇਸ ਦੇ ਵਿੱਚੋਂ ਕਿਸੇ ਪੀੜਤ ਦੇ ਜਿਹੜੇ ਬਾਡੀ ਪਾਰਟਸ ਆ ਉਹ ਲੱਭੇ ਆ ਡਰਾਈ ਵਾਲ ਦੇ ਪਿੱਛੇ ਦੋ ਕੰਕਰੀਟ ਪਿੱਲਰਸ ਦੇ ਦਰਮਿਆਨ ਸੋ ਕਹਿੰਦੇ ਵੀ ਇਹ ਹੁਣ ਇੱਕ ਨਵੀਂ ਜਾਂਚ ਦਾ ਵਿਸ਼ਾ ਜਿਹੜਾ ਉਹ ਬਣਿਆ ਆ ਅਥਾਰਟੀਆਂ ਮੰਨਦੀਆਂ ਵੀ 3 ਤੋਂ 5 ਸਾਲ ਦਾ ਸਮਾਂ ਹੋ ਗਿਆ ਹੋਊਗਾ ਇਸ ਲਾਸ਼ ਨੂੰ ਇਨ੍ਹਾਂ ਬੋਡੀ ਪਾਰਟਸ ਨੂੰ ਇਸ ਦੇ ਵਿੱਚ ਲੁਕਾ ਕੇ ਜਿਹੜਾ ਉਹ ਰੱਖੇ ਨੂੰ ਸੋ ਇਹ ਹੁਣ ਦੇਖਣਾ ਪਊਗਾ ਵੀ ਪਹਿਲੋਂ ਹੁਣ شناخت ਹੋਊਗੀ ਵੀ ਹੈ ਕੀ ਆ ਤੇ ਕਿਸ ਦੀ ਲਾਸ਼ ਹੈਗੀ ਆ ਤੇ ਕਿੱਦਾਂ ਇਹ ਕਾਇਜ਼ਰ ਕਨਵੈਨਸ਼ਨ ਸੈਂਟਰ ਸੀਗਾ 1914 ਦੇ ਵਿੱਚ ਇਸ ਦੇ ਨੇ ਆਪਣੇ ਦਰਵਾਜ਼ੇ ਖੋਲੇ ਸੀਗੇ ਤੇ ਮਿਡ 2000s ਦੇ ਵਿੱਚ ਬੰਦ ਹੋ ਗਿਆ ਸੀਗਾ ਉਦੋਂ ਰਾਈジング ਆਪਰੇਟਿੰਗ ਕਾਸ ਸੀਗੇ ਤੇ 2015 ਦੇ ਵਿੱਚ ਇੱਕ ਨਵਾਂ ਕੰਟਰੈਕਟ ਆਲਟਨ ਡਵੈਲਪਮੈਂਟ ਦੇ ਨਾਲ ਹੋਇਆ ਸੀਗਾ ਵੀ ਇਸ ਨੂੰ ਕਮਰਸ਼ੀਅਲ ਪਰਪਸ ਜਾਂ ਪਰਫਾਰਮਿੰਗ ਆਰਟ ਦੇ ਲਈ ਵਰਤਿਆ ਜਾਊਗਾ ਤੇ ਹੁਣ ਇਸ ਤੇ ਉੱਤੇ ਕੰਮ ਚੱਲ ਰਿਹਾ ਸੀ ਜਦ ਇਸ ਦੇ ਵਿੱਚੋਂ ਇਹ ਇੱਕ ਪੁਰਾਣੀ ਲਾਸ਼ ਡਰਾਈਵਾਲ ਦੇ ਪਿੱਛੋਂ ਲੱਭੀ ਗਈ ਜੀ ਕੈਲੀਫੋਰਨੀਆ ਦੇ ਵਿੱਚ ਡਰਾਉਟ ਇਸ ਟਾਈਮ ਬਹੁਤ ਬੁਰੀ ਤਰ੍ਹਾਂ ਜਿਹੜਾ ਕੈਲੀਫੋਰਨੀਆ ਨੂੰ ਪ੍ਰਭਾਵਿਤ ਕਰ ਰਿਹਾ ਆ ਸਟੇਟ ਤੇ ਲੋਕਲ ਲੀਡਰਸ ਆਪਣੇ ਆਪਣੇ ਵਸਿੰਦਿਆਂ ਨੂੰ ਆਪਣੇ ਆਪਣੇ ਰੈਜ਼ੀਡੈਂਟਸ ਨੂੰ ਰਿਕੁਐਸਟ ਕਰ ਰਹੇ ਆ ਵੀ ਭਾਈ ਪਾਣੀ ਨੂੰ ਕੰਜ਼ਰਵ ਕਰੋ ਪਾਣੀ ਘਟ ਗੁਰਤੋ ਸੈਕਰਮੈਂਟੋ ਦੇ ਜਿਹੜੇ ਮੇਅਰ ਆ ਉਹਨਾਂ ਨੇ ਵੀ ਇਹ ਕਿਹਾ ਆ ਸਿਟੀ ਆਫ ਸੈਕਰਮੈਂਟੋ ਦੇ ਪਈ ਤੁਸੀਂ ਜਿਹੜਾ ਘੱਟੋ ਘੱਟ 15% ਵੋਲੰਟੀਅਰਲੀ ਕੱਟ ਕਰੋ ਤੇ ਸਿਟੀ ਆਫ ਸੈਕਰਮੈਂਟੋ 1500 ਡਾਲਰ ਤੱਕ ਹੋਮਓਨਰਸ ਨੂੰ ਪੈਸੀ ਵੀ ਦੇ ਰਹੀ ਆ ਜੇ ਤੁਸੀਂ ਆਪਣਾ ਲਾਉਨ ਟਰਫ ਦੇ ਵਿੱਚ ਕਨਵਰਟ ਕਰੋਗੇ ਜਨੂਅਰੀ ਫਰਵਰੀ ਤੇ ਮਾਰਚ ਮਹੀਨਾ ਅਲੱਗ-ਬੱਗ ਸੁੱਕਾ ਹੀ ਰਿਹਾ ਹੈ ਕੈਲੀਫੋਰਨੀਆ ਦੇ ਵਿੱਚ ਸੋ ਇਸ ਕਰਕੇ ਸਾਰੇ ਲੋਕ ਇਨਕਲੂਡਿੰਗ ਲੀਡਰਸ ਬਹੁਤ ਜ਼ਿਆਦਾ ਫਿਕਰਮੰਦ ਆ ਭਈ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੀ ਹੋਊਗਾ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਆ ਪੀ ਜੋ ਆਪਾਂ ਪਾਣੀ ਦਿੰਨੇ ਆ ਜਾਰਡਸ ਦੇ ਵਿੱਚ ਉਸ ਨੂੰ ਘਟ ਵਰਤੋ ਬਰੂਮ ਜਾਂ ਲੀਫ ਬਲੋਰ ਕਲੀਨ ਅਪ ਕਰਨ ਦੇ ਲਈ ਵਰਤੋ ਨਾ ਕਿ ਪਾਣੀ ਨੂੰ ਵਰਤੋ ਆਪਣੇ ਯਾਰਡ ਨੂੰ ਰੀਮੈਜਿਨ ਕਰੋ ਵਾਟਰ ਵਾਈਜ਼ ਸਪ੍ਰਿੰਕਲਰ ਹੈਡਸ ਤੇ ਕੋਈ ਲੀਕ ਆ ਉਹਨਾਂ ਨੂੰ ਫਿਕਸ ਕਰੋ ਲਾਨ ਮੋਰ ਬਲੇਡਸ ਨੂੰ ਇੰਚਸ ਕਨਵਰਟ ਕਰੋ ਯੂਜ਼ ਮਲਚ ਵਾਟਰ ਜਿੰਨਾ ਪਾਣੀ ਆ ਸਵੇਰੇ ਤੇ ਸ਼ਾਮ ਰਾਤ ਨੂੰ ਦਿਓ ਜੇ ਦੇਣਾ ਹੀ ਹੈਗਾ ਆ ਦਿਨ ਨੂੰ ਨਾ ਦਿਓ ਡ੍ਰਿਪ ਇਰੀਗੇਸ਼ਨ ਸਿਸਟਮ ਲਾਓ ਤੇ ਇਹ ਕਹਿੰਦੇ ਵੀ ਇਸ ਟਾਈਮ ਅਸੀਂ ਬਹੁਤ ਕ੍ਰਿਟੀਕਲ ਮੂਮੈਂਟ ਦੇ ਵਿੱਚ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਜੀ ਸੋ ਬਿਲਕੁਲ ਧਿਆਨ ਜਿਹੜਾ ਹੈ ਸਭ ਨੂੰ ਰੱਖਣਾ ਚਾਹੀਦਾ ਡੇਵਿਸ ਦਾ ਹਾਈ ਸਕੂਲ ਅੱਜ ਉਹ ਖਾਲੀ ਕਰਵਾਉਣਾ ਪਿਆ ਇਵੈਕੂਏਟ ਕਰਵਾਉਣਾ ਪਿਆ ਜਦ ਇੱਕ ਖਡਾਉਣਾ ਜਿਹੜਾ ਦੇਖਣ ਨੂੰ ਗ੍ਰਨੇਡ ਵਰਗਾ ਲੱਗਦਾ ਸੀਗਾ ਉਸ ਨੂੰ ਦੇਖ ਕੇ ਸਾਰੇ ਜਾਣੇ ਜਿਹੜੇ ਉਹ ਘਬਰਾ ਗਏ ਇੱਕ ਵਿਦਿਆਰਥੀ ਨੇ ਇਹ ਗਰਨੇਡ ਵਰਗੀ ਦਿਖਣ ਵਾਲੀ ਜਿਹੜੀ ਚੀਜ਼ ਆ ਉਹ ਕਿਸੇ ਦੇ ਬੈਗਪੈਕ ਦੇ ਵਿੱਚ ਬਾਰੇ ਦੱਸਿਆ तकरीबन 1.5 ਵਜੇ ਦੁਪਹਿਰ ਦੀ ਜਿਹੜੀ ਗੱਲ ਆ ਉਸ ਤੋਂ ਬਾਅਦ ਡੇਵਿਸ ਪੁਲਿਸ ਡਿਪਾਰਟਮੈਂਟ ਨੂੰ ਉਤਲਾਹ ਕੀਤੀ ਗਈ ਤੇ ਉਸ ਤੋਂ ਬਾਅਦ ਤੁਰੰਤ ਹੀ ਇਸ ਨੂੰ ਲਾਕਡਾਊਨ ਦੇ ਵਿੱਚ ਸਕੂਲ ਨੂੰ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਬੱਚਿਆਂ ਨੂੰ ਜਿਹੜਾ ਉੱਥੋਂ ਕੱਢਿਆ ਗਿਆ ਫਿਰ तकरीबन 3.5 ਵਜੇ ਤੱਕ ਇਹ ਲਾਕਡਾਊਨ ਰਿਹਾ ਜਦ ਕਈ ਮਲਟੀਪਲ ਏਜੰਸੀਜ਼ ਕਹਿੰਦੇ ਆ ਸਕੂਲ ਦੇ ਵਿੱਚ ਕਈ ਘੰਟਿਆਂ ਤੱਕ ਰਹੀਆਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਪਤਾ ਲੱਗਾ ਵੀ ਇਹ ਗਰਨੇਡ ਨਹੀਂ ਸੀਗਾ ਇੱਕ ਖਡਾਉਣਾ ਹੀ ਸੀ ਜਿਹੜਾ ਸਿਰਫ ਦੇਖਣ ਨੂੰ ਗਰਨੇਡ ਵਰਗਾ ਲੱਗ ਰਿਹਾ ਸੀ ਜੀ ਜੇਕਰ ਆਦੀ ਮਾਰਕੀਟ ਦੀ ਗੱਲ ਕਰਦੇ ਜਾਈਏ ਰਾਜਕਰਨ ਵੀਰ ਸਿੰਘ ਜੀ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਆ ਕਹਿੰਦੇ 25 ਲੱਖ ਘਰ ਸੰ 2030 ਤੱਕ ਨਵੇਂ ਚਾਹੀਦੇ ਆ ਕੈਲੀਫੋਰਨੀਆ ਦੇ ਵਿੱਚ ਜੇ ਸਾਰਾ ਕੁਝ ਕੰਟਰੋਲ 'ਚ ਕਰਨਾ ਹੈ ਤੇ ਪਿਛਲੇ 1 ਸਾਲ ਦੇ ਦੌਰਾਨ ਘਰਾਂ ਦੇ ਵਿੱਚ ਲੋਕਾਂ ਦੀ ਇਕਵਿਟੀ 117000 ਡਾਲਰ ਵਧੀ ਹੈਗੀ ਜੇ 1 ਸਾਲ ਪਹਿਲਾਂ ਕਿਸੇ ਨੇ ਲਿਆ ਸੀ ਸੋ 117000 ਡਾਲਰ ਦੀ ਇਕਵਿਟੀ ਉਹਨਾਂ ਦੀ ਵਧ ਗਈ ਹੈ ਐਵਰੇਜ 29.3% ਇਕਵਿਟੀ ਜਿਹੜੀ ਆ ਵਧੀ ਹੈ ਜਿਹੜੀ ਕਿ ਟੋਟਲ 3.2 ਟ੍ਰਿਲੀਅਨ ਡਾਲਰ ਬਣਦਾ ਹੈਗਾ ਯੂ ਐਸ ਦੀਆਂ ਘਰਾਂ ਦੀਆਂ ਪ੍ਰਾਈਸਾਂ 18% 1 ਸਾਲ ਦੇ ਵਿੱਚ ਇਨਕਰੀਜ਼ ਹੋਈਆਂ ਹੈਗੀਆਂ ਸੋ ਇਹ ਵੀ ਬਹੁਤ ਵੱਡਾ ਜਿਹੜਾ ਨੰਬਰ ਹੈਗਾ ਆ ਸੋ ਘਰਾਂ ਦੀ ਮਾਰਕੀਟ ਹਜੇ ਵੀ ਬਹੁਤ ਹੌਟ ਹੈਗੀ ਆ ਕਹਿੰਦੇ ਵੀ ਲੋਕਾਂ ਨੂੰ ਘਰ ਲੱਭ ਨਹੀਂ ਰਿਹਾ ਸਪਲਾਈ ਜਿਹੜੀ ਆ ਬਹੁਤ ਘੱਟ ਹੈਗੀ ਆ ਡਿਮਾਂਡ ਬਹੁਤ ਜ਼ਿਆਦਾ ਹੈਗੀ ਆ ਸੋ ਹੁਣ ਜਿਸ ਤਰ੍ਹਾਂ ਦੱਸਿਆ ਹੈ ਵੀ ਕੈਲੀਫੋਰਨੀਆ ਕਹਿੰਦੇ ਸਾਨੂੰ 25 ਲੱਖ ਘਰ ਹੋਰ ਚਾਹੀਦੇ ਆ ਹੁਣ ਦੇਖੋ ਵੀ ਕਿੱਦਾਂ ਬਣਾਉਗੇ ਤੇ ਕਿਉਂਕਿ ਹਰ ਇੱਕ ਚੀਜ਼ ਦੀ ਮਹਿੰਗਾਈ ਵੜੀ ਹੈ ਇਨਫਲੇਸ਼ਨ ਇੰਨੀ ਜ਼ਿਆਦਾ ਹੈ ਸੋ ਨੇਚਰਲੀ ਘਰਾਂ ਦੀਆਂ ਪ੍ਰਾਈਸਾਂ ਫਿਰ ਜੇ ਨਵੇਂ ਬਣਾ ਰਿਹਾ ਤਾਂ ਉਹ ਹੋਰ ਵੀ ਜ਼ਿਆਦਾ ਹੋਣਗੀਆਂ ਜੀ ਕੱਲਾ ਇਹੀ ਨਹੀਂ ਹਰਜੋ ਸਿੰਘ ਜੀ ਬਹੁਤ ਸਾਰੇ ਜਿਹੜੇ ਮਹਿੰਗੇ ਕਾਉਂਟਰੀਸ ਤੋਂ ਰਹਿ ਰਹੇ ਜਿਹੜੇ ਲੋਕ ਸੀਗੇ ਉਹ ਉਹਨਾਂ ਕਾਉਂਟਰੀ ਚ ਮੂਵ ਹੋ ਰਹੇ ਜਿੱਥੇ ਪ੍ਰਾਈਸਿਸ ਪਹਿਲਾਂ ਇੰਨੀਆਂ ਨਹੀਂ ਸੀ ਵਧੀਆਂ ਪਰ ਉਹਨਾਂ ਦੇ ਪ੍ਰਾਈਸਿਸ ਵੀ ਵੱਧ ਰਹੇ ਆ ਰੀਸੈਂਟਲੀ ਹੁਣ ਸਾਡੇ ਇੱਕ ਜਾਣਕਾਰ ਜਿਹਨੂੰ ਮੈਂ ਜਾਣਦਾ ਉਹ ਈਸਟ ਕੋਸਟ ਤੋਂ ਮੂਵ ਹੋ ਰਿਹਾ ਇਧਰ ਨੂੰ ਤਾਂ ਉਹਨਾਂ ਨੇ ਵੜੈਸਟੋ ਦੇ ਵਿੱਚ ਇੱਕ 1100 ਸਕੁਅਰ ਫੁੱਟ ਦਾ ਘਰ 4 ਲੱਖ ਡਾਲਰ ਚ ਖਰੀਦੇ ਆਇਆ ਸੋ ਤੁਸੀਂ ਹੁਣ ਹਿਸਾਬ ਲਾ ਲਓ ਵੀ ਉਹ ਕਿੰਨੀ ਜ਼ਿਆਦਾ ਵੱਧ ਕੀਮਤ ਦੇ ਹਿਸਾਬ ਦੇ ਨਾਲ ਅ ਉਸ ਇਲਾਕੇ ਦੇ ਲਈ ਜਿਹੜਾ ਉਹ ਘਰ ਖਰੀਦ ਰਹੇ ਹੈਗੇ ਆ ਬਾਹਰੋਂ ਆ ਰਹੇ ਲੋਕ ਜਿਹੜੇ ਖਾਸ ਕਰਕੇ ਜਿੱਥੇ ਹੁਣ ਮਿਲੀਅਨ ਮਿਲੀਅਨ ਦਾ ਘਰ ਹੋਊਗਾ ਉਹਨਾਂ ਨੂੰ 4 ਲੱਖ ਜਿਹੜਾ ਉਹ ਘੱਟ ਲੱਗਦਾ ਆ ਪਰ ਜੇ ਇਲਾਕੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਹੁਤ ਵੱਧ ਕੀਮਤ ਜਿਹੜੀ ਉਹ ਹੋ ਜਾਂਦੀ ਆ ਸੋ ਇਹ ਸਾਰੀ ਸਥਿਤੀ ਜਿਹੜੀ ਆ ਬਹੁਤ ਸਾਰੇ ਲੋਕਾਂ ਦੇ ਲਈ ਉਹਨਾਂ ਏਰੀਆ ਦੇ ਵਿੱਚ ਹੋਮ ਆਨਰ ਬਰਨ ਤੋਂ ਉਹਨਾਂ ਨੂੰ ਜਿਹੜੀ ਉਹ ਰੋਕ ਰਹੀ ਹੈਗੀ ਆ ਸੋ ਬੇਕਾਬੂ ਹੋਈਆਂ ਪਈਆਂ ਨੇ ਇੱਥੇ ਪ੍ਰਾਈਸਿਸ ਹੁਣ ਕਹਿ ਤਾਂ ਰਹੇ ਨੇ ਬੀ 1/4 ਪਰਸੈਂਟ ਸ਼ਾਇਦ ਇੰਟਰਸਟ ਰੇਟ ਬਧਾਇਆ ਜਾਊਗਾ ਪਰ ਕੀ ਉਸ ਦੇ ਨਾਲ ਹੋਮ ਜਿਹੜੀ ਹਾਊਸ ਮਾਰਕੀਟ ਆ ਉਸ ਦੇ ਉੱਤੇ ਕੋਈ ਅਸਰ ਪੈ ਸਕੂਗਾ ਇਹ ਵੱਡੀ ਗੱਲ ਆ ਪਹਿਲਾਂ ਸੋਚਦੇ ਸੀਗੇ ਵੀ ਇਸ ਸਪ੍ਰਿੰਗ ਦੇ ਵਿੱਚ ਜਿਹੜੀ ਮਾਰਕੀਟ ਫ੍ਰੈਂਜ਼ੀ ਚੱਲ ਰਹੀ ਆ ਹਾਊਸਿੰਗ ਦੀ ਉਹ ਖਤਮ ਹੋ ਜਾਊਗੀ ਉਹ ਥੋੜੀ ਠੱਲ ਪਾਊਗੀ ਪਰ ਨਹੀਂ ਪਿਛਲੇ 12 ਮਹੀਨਿਆਂ ਚ ਯੂ ਐਸ ਦੇ ਵਿੱਚ ਐਵਰੇਜ ਹੋਮ ਪ੍ਰਾਈਸਸ 18.8 ਪਰਸੈਂਟ ਜਿਹੜੀ ਆ ਉਹ ਅੱਗੇ ਜਿਹੜੀ ਉਹ ਵੱਧ ਚੁੱਕੀ ਹੈਗੀ ਆ ਸੋ ਆ ਇਹ ਕੰਮ ਜਿਹੜਾ ਆ ਕਾਫੀ ਤੱਤਾ ਜਿਹੜਾ ਉਹ ਹੁੰਦਾ ਜਾ ਰਿਹਾ ਆ